ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਟਿਊਬ ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ। ਅਤੇ ਜਿੱਦਾਂ ਵੀਰੇ ਆਪ ਸਭ ਨੇ ਕਿਹਾ ਸੀ ਕਿ ਮੋਰਨੀ ਪੱਗ ਦੀਆਂ ਜੋ ਉੱਪਰਲੀਆਂ ਲੇਅਰ ਨੇ, ਉੱਪਰਲੀਆਂ ਟਰਨਾਂ ਨੇ, ਉੱਪਰੋਂ ਮੋਰਨੀ ਪੱਗ ਦੀ ਸ਼ੇਪ ਕਿੱਦਾਂ ਸੈੱਟ ਕਰਨੀ, ਉਹਦੀ ਅੱਜ ਵੀਡੀਓ ਲੈ ਕੇ ਆਏ ਹਾਂ ਜੀ। ਅਤੇ ਸਭ ਤੋਂ ਪਹਿਲਾਂ ਪੱਗ ਦੀ ਚੰਗੀ ਤਰ੍ਹਾਂ ਪੂਣੀ ਕਰਕੇ ਪਹਿਲਾਂ ਲੜ ਸਿਰ ਦੇ ਬਿਲਕੁਲ ਸੈਂਟਰ 'ਚ ਰੱਖ ਲੈਣਾ ਹੈ। ਅਤੇ ਪਿਛਲੇ ਪਾਸਿਓਂ ਜਿਸ ਤਰ੍ਹਾਂ ਆਪ ਦੇਖ ਰਹੇ ਹੋ, ਲੜਾਂ ਵਾਲੇ ਪਾਸਿਓਂ ਲੜ ਸਿਰ ਦੇ ਬਿਲਕੁਲ ਬਰਾਬਰ ਨੂੰ ਲਿਆ ਕੇ ਉੱਪਰੋਂ ਹਲਕਾ ਜਿਹਾ ਮੋੜ ਕੇ ਲਗਾ ਦੇਣਾ ਹੈ। ਸਾਹਮਣਿਓਂ ਜੋ ਮੋੜਨਾ ਹੈ ਉਹਦੀਆਂ ਵੀਡੀਓ ਪਹਿਲਾਂ ਅਪਲੋਡ ਕੀਤੀਆਂ ਗਈਆਂ ਨੇ, ਅਤੇ ਬੈਕ ਸਾਈਡ ਤੋਂ ਜਿਨ੍ਹਾਂ ਵੀਰਾਂ ਨੂੰ ਪ੍ਰੋਬਲਮ ਆਉਂਦੀ ਸੀ ਉਹਨਾਂ ਦੇ ਲਈ ਅੱਜ ਇਹ ਵੀਡੀਓ ਲੈ ਕੇ ਆਏ ਹਾਂ। ਲੜਾਂ ਵਾਲੇ ਪਾਸਿਓਂ ਜੋ ਦੂਸਰਾ ਲੜ ਹੈ ਉਹ ਕਿਸ ਤਰ੍ਹਾਂ ਲਗਾਉਣਾ ਹੈ, ਪਿੱਛੋਂ ਹਲਕਾ ਜਿਹਾ ਦੱਬ ਕੇ ਜੋ ਪਹਿਲਾਂ ਲੜ ਰੱਖਿਆ ਸੀ ਮੋਟਾ ਪਾਸਾ ਪੂਣੀ ਦਾ ਖੋਲ੍ਹ ਕੇ ਉਹਦੇ ਬਿਲਕੁਲ ਉੱਪਰ ਲੈ ਜਾਣਾ ਹੈ, ਪਤਲਾ ਪਾਸਾ ਖਿੱਚ ਕੇ ਥੱਲਿਓਂ ਕੰਨ ਢੱਕ ਲੈਣਾ ਹੈ। ਉੱਪਰਲੇ ਪਾਸਿਓਂ ਨਾਲ ਦੀ ਨਾਲ ਜਿਸ ਤਰ੍ਹਾਂ ਵੀਡੀਓ 'ਚ ਦੇਖਿਆ ਜਾ ਰਿਹਾ ਨਾਲ ਦੀ ਨਾਲ ਮੋੜ ਲੈਣਾ ਹੈ। ਇਸ ਤਰ੍ਹਾਂ ਮੋੜਨ ਦੇ ਨਾਲ ਬੈਕ ਸਾਈਡ ਤੋਂ ਫਰੰਟ ਅਤੇ ਫਰੰਟ ਤੋਂ ਬੈਕ ਸਾਈਡ ਦੋਨਾਂ ਪਾਸਿਆਂ ਵੱਲ ਨੂੰ ਜੋ ਲੜ ਹੈ ਉਹ ਮੋੜ ਲੈਣਾ ਹੈ। ਅਤੇ ਇਹਦੇ ਨਾਲ ਕੀ ਆ, ਜੋ ਉੱਪਰਲੇ ਆਪਾਂ ਲੜ ਬਣਾਏ ਨੇ ਉਹ ਸਾਫ਼ ਹੋ ਜਾਣਗੇ, ਇੱਕੋ ਜਿਹੀ ਸ਼ੇਪ ਦੇ ਵਿੱਚ ਆ ਜਾਣਗੇ। ਅਤੇ ਪਿੱਛ ਵਾਲੇ ਪਾਸਿਓਂ ਜੋ ਤੀਸਰਾ ਲੜ ਲਗਾਉਣਾ ਹੈ ਉਹਨੂੰ ਪੂਰਾ ਖੋਲ੍ਹ ਕੇ ਲਗਾਉਣਾ ਹੈ ਤਾਂ ਕਿ ਉੱਪਰਲੇ ਪਾਸੇ ਉਹਦੀ ਜੋ ਇੱਕ ਟਰਨ ਆ ਉਹ ਬਣ ਸਕੇ, ਅਤੇ ਪੱਗ ਦੀ ਜੋ ਬਾਕੀ ਸ਼ੇਪ ਹੈ ਇਹਦੇ ਅਕੋਰਡਿੰਗ ਖੜ ਜਾਵੇ ਉਹ, ਜਿਸ ਤਰ੍ਹਾਂ ਆਪ ਦੇਖ ਰਹੇ ਹੋ। ਨਾਲ ਦੀ ਨਾਲ ਉਹਨੂੰ ਲਗਾ ਕੇ ਉੱਪਰਲੇ ਪਾਸਿਓਂ ਫੋਲਡ ਕਰਨਾ ਹੈ। ਉਸ ਤੋਂ ਬਾਅਦ ਅਗਲਾ ਲੜ ਪਿੱਛੋਂ ਫਿਰ ਹਲਕਾ ਜਿਹਾ ਦੱਬ ਕੇ ਉੱਪਰ ਲੈ ਜਾਣਾ ਹੈ। ਉੱਪਰਲੇ ਪਾਸਿਓਂ ਜੋ ਦੋ ਲੜ ਲੱਗੇ ਸੀ ਉਹਨਾਂ ਦੇ ਬਿਲਕੁਲ ਨਾਲ ਰੱਖ ਕੇ ਹੱਥ ਦੇ ਨਾਲ ਇਸ ਤਰ੍ਹਾਂ ਮੋੜਨਾ ਹੈ। ਬੈਕ ਸਾਈਡ ਤੋਂ ਫਰੰਟ ਤੱਕ ਬਿਲਕੁਲ ਅੱਗੇ ਤੱਕ ਲੜ ਨੂੰ ਮੋੜਦੇ ਹੋਏ ਲਿਜਾਣਾ ਹੈ। ਉਸ ਤੋਂ ਬਾਅਦ ਸੈਂਟਰ ਦੇ ਵਿੱਚ ਲਿਜਾ ਕੇ ਜੋ ਲੜ ਮੋੜ ਲਿਆ, ਉਸ ਤੋਂ ਬਾਅਦ ਉੱਪਰਲੇ ਪਾਸਿਓਂ ਵੀ ਜਿਸ ਤਰ੍ਹਾਂ ਸੱਜੇ ਪਾਸਿਓਂ ਆਪਾਂ ਲੜ ਮੋੜੇ ਸੀ ਜੋ ਤੀਸਰਾ ਲੜ ਸੀ ਉਹਦੇ ਬਰਾਬਰ ਰੱਖ ਕੇ ਉੱਪਰਲੇ ਪਾਸਿਓਂ ਵੀ ਨਾਲ ਦੀ ਨਾਲ ਜਿਸ ਤਰ੍ਹਾਂ ਵੀਡੀਓ ਦੇਖ ਰਹੇ ਹੋ ਇਸ ਤਰ੍ਹਾਂ ਜੋ ਲੜ ਹੈ ਉਹ ਮੋੜ ਦੇਣਾ ਹੈ। ਇਹਦੇ ਨਾਲ ਜੋ ਤੁਹਾਡੀ ਪੱਗ ਆ ਉਹਦੀ ਸ਼ੇਪ ਹੈ ਜੋ ਵਧੀਆ ਸ਼ੇਪ ਆ ਜਾਵੇਗੀ, ਗਲਾਈ ਦੇ ਵਿੱਚ ਸ਼ੇਪ ਆਵੇਗੀ, ਅਤੇ ਉੱਪਰਲੀਆਂ ਜੋ ਟਰਨਾਂ ਨੇ ਪੂਰੀ ਸਫਾਈ ਦੇ ਨਾਲ ਬਣ ਜਾਣਗੀਆਂ। ਉਸ ਤੋਂ ਬਾਅਦ ਜੋ ਅਗਲਾ ਲੜ ਲਗਾਉਣਾ ਹੈ ਉਹਨੂੰ ਫਿਰ ਉੱਪਰਲੇ ਪਾਸੇ ਖੋਲ੍ਹ ਕੇ ਲੈ ਜਾਣਾ ਹੈ। ਹੱਥਾਂ ਦੇ ਨਾਲ ਨਾਲ ਦੀ ਨਾਲ ਮੋੜ ਕੇ ਜੋ ਕਿ ਹੈ ਉਹ ਟਰਨਾਂ ਨੂੰ ਬਰਾਬਰ ਕਰ ਦੇਣਾ ਹੈ। ਉਸ ਤੋਂ ਬਾਅਦ ਸੈਂਟਰ ਦੇ ਵਿੱਚੋਂ ਲਿਜਾ ਕੇ ਜੋ ਲੜ ਹੈ ਉਹਨੂੰ ਮੋੜ ਦੇਣਾ ਹੈ। ਉਸ ਤੋਂ ਬਾਅਦ ਪੇਚਾਂ ਵਾਲੇ ਪਾਸਿਓਂ ਵੀ ਸੇਮ ਤਰੀਕੇ ਦੇ ਨਾਲ ਜਿਸ ਤਰ੍ਹਾਂ ਲੜਾਂ ਵਾਲੇ ਪਾਸਿਓਂ ਉੱਪਰਲੇ ਪਾਸਿਓਂ ਮੋੜਿਆ, ਇਕੱਲੇ ਇਕੱਲੇ ਪੇਜ ਨੂੰ ਇਸੇ ਤਰ੍ਹਾਂ ਮੋੜੀ ਜਾਣਾ ਹੈ। ਪੱਗ ਜੋ ਹੈ ਛੇ ਲੜਾਂ ਵਾਲੀ ਪੱਗ ਆ ਜੀ, ਲੈਂਥ ਜੋ 7 ਮੀਟਰ ਆ, ਕੱਪੜਾ ਫੁੱਲ ਵੈਲ ਆ ਜੀ। ਜਿਨ੍ਹਾਂ ਦੀ ਸ਼ੇਪ ਫੁੱਲ ਵੈਲ ਕੱਪੜੇ 'ਚ ਨਹੀਂ ਆਉਂਦੀ, ਜੋ ਫਰੈਸ਼ਰ ਵੀ ਬੰਨਣ ਲੱਗੇ ਆ ਜਾਂ ਦੂਜੇ ਵੀਰ ਵੀ ਆ, ਅਤੇ ਉਹ ਰੂਬੀਆ ਪੱਗ ਬੰਨ ਸਕਦੇ ਆ, ਜ਼ਿਆਦਾ ਪੱਗ ਜੋ ਹੈ ਇੰਪਰੂਵ ਹੋ ਸਕਦੇ ਆ ਫੁੱਲ ਵੈਲ ਨਾਲੋਂ। ਜਿਨ੍ਹਾਂ ਦੀ ਫੁੱਲ ਵੈਲ ਸਹੀ ਆਉਂਦੀ ਆ ਤਾਂ ਉਹ ਫੁੱਲ ਵੈਲ ਹੀ ਰੱਖਣ।
तो बाद अगला लड़ है जो जो पहले लड़न लगे ने उन्हें फिर बिल्कुल बराबर लगा देना है, हाथ के नाल उपरले पासों मोड़ लेना है ते पग नूं जी पूनी कर जो कीती हुई है सैंपल तरीका जी, ते हल्का जिहा पानी लगा लियो। मैं तां सुक्की ओ बांधती सी पग, ते तुसीं जदों ट्राई करोगे हल्का जिहा छिट्टा पानी दा जरूर ला लियो, उहदे नाल पग दी शेप वधिया आ जांदी है, सफाई आ जांदी आ। इस तरह जो सारे लड़ ने उन्हां नूं उपरले पास्यों जो बराबर कर देना है, ते उपरले पास्यों जो छेवां पेच है उहनूं भी बाकी पेचां इस तरह उपरों नाल दी नाल जो है मोड़ देना है। लास्ट लड़ लगाउण तों पहलां जो ये लड़ ने इन्हां दी जो सैटिंग है वो एक कर लेनी है, कल्ले कल्ले लड़ नूं उपरले पास्से मोड़ लेना है, इहदे नाल जो पेचां दा फासला वो इक्को जिहा हो जाएगा। कल्ले कल्ले लड़ नूं मोड़ लेना है, इस तरह हाथ दे नाल नाल लगा के पता लग जाता भी जे कोई लड़ कोई बड़ा छोटा है, फासला वो इक्को जिहा फासला हो जाता है, उन्हां दी गलाई है इक्को जिही आ जाती है। ते उस तो बाद जो है बाज दे नाल इन्हां दी जो सफाई है वो कर लेनी है, जे बाज दी सफाई बाज नाल जो सफाई करनी है पहला भी कर सकते हो, सैट खण तो जो बाद भी है वो कर सकते हो। उस तो बाद लास्ट लड़ लगा देना है, उपरलियां जो टरना ने उन्हां दी जो सफाई करनी है, तुसी डबल शीशे की वरतों लै सकते हो, एक शीशा सामने जिस दे विच तुसी पग बांधते हो, ते दूसरा शीशा है जो वो तुसी उपर वाल नूं फड़ के ते थल्ले शीशे दे फ्रंट वाले दे विच देख के जो सफाई कर सकते हो। मैं जो ये पग बन्नी सी इहदा बिना शीशे तो बन्नी सी, कोई शीशा नहीं वरतिया ना फ्रंट ते ना बैक ते, सिंपली उपरों दिखाउण दे लई पग दी बननी पईगी, तां करके जो वीडियो सी बिना शीशे तो बनाई सी। ते उहदे लई सफाई बिना शीशे तो देख के उपरले जो टर्न उन्होंने सफाई करती, ते तुसी जदों भी सफाई बिना देखे कर सकते हो तां ठीक आ, जे किते किते लगदा भी किसे पेज उन्नी इक्की दा फर्क आ जां वाला जो भी आ, तुसी डबल शीशे दी जो वरतों करके ओ पेज नूं सही कर सकदे हो। जिस तरह के सिर ढकना है पहला एक पासा कवर कर लेना है, उस तो बाद दूसरे पासे दे विच फिर दोनों पासों तो कवर करके सिर फिर जो सफाई है वह करनी है। जिस तरह के बाज दे नाल हुण सफाई की जा रही है, इस लई तुसी डबल शीशा भर सकते हो। उहदे नाल की आ जिथे किते भी बाज फिरन तो रह जाता है वो थोनू आसानी दे नाल दिख जाएगा। उस तो बाद दूसरे पास्यों भी जो सफाई है वो कर लेनी है। उस तो बाद जो पिछला लड़ है उन्हों दोनों पास्यों तो अंदर नू फोल्ड करके लगा देना है। ते बाकी वीरां नूं बेनती है जी वीडियो नूं शेयर जरूर कर दिओ, ते जिन्हां ने चैनल नहीं सबसक्राइब किया जी चैनल सबसक्राइब कर दिओ, जल्दी नवीं वीडियो लैके जल्दी अपलोड करांगे जी। वाहिगुरू जी का खालसा, वाहिगुरू जी की फतेह। I'm sorry.